ਕਾਨਫਰੰਸ ਦੇ ਲਈ ਆਏ ਹਾਂ ਅਤੇ ਪਹਿਲਾਂ ਸਾਡਾ ਮੁੱਦਾ ਹੋਊਗਾ ਕਿ ਸਾਰੀਆਂ ਪਾਰਟੀਆਂ ਗਲਤ ਵਾਅਦੇ ਕਰਦੀਆਂ ਜਿਵੇਂ ਮੋਦੀ ਸਾਹਿਬ ਨੇ ਕਿਹਾ ਸੀ 10 ਸਾਲ ਪਹਿਲਾਂ ਕਿ ਘਰ ਘਰ ਨੌਕਰੀ ਹੋਊਗੀ ਕਿਸੇ ਦੇ ਘਰ ਦੇ ਵਿੱਚ ਨੌਕਰੀ ਨਹੀਂ ਸਾਰਾ ਦੇਸ਼ ਬੇਰੁਜ਼ਗਾਰ ਹੋਇਆ ਪਿਆ ਇਸੇ ਕਰਕੇ ਦੋ ਜਵਾਨਾਂ ਨੇ ਜਿਨ੍ਹਾਂ ਨੂੰ ਗੋਲੀ ਵੱਜ ਸਕਦੀ ਸੀ ਆਪਣੀ ਮੌਤ ਦੀ ਨਾ ਪਰਵਾਹ ਕਰਦਿਆਂ ਹੋਇਆਂ ਪਾਰਲੀਮੈਂਟ ਦੀ ਸਿਕਿਉਰਿਟੀ ਨੂੰ ਤੋੜ ਕੇ ਪਾਰਲੀਮੈਂਟ ਹਾਲ ਦੇ ਵਿੱਚ ਛਾਲਾਂ ਮਾਰੀਆਂ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਤਕਲੀਫ ਕੀ ਹੈ ਉਹਨਾਂ ਨੇ ਥੋੜ੍ਹੀ ਜਿਹੀ ਜ਼ਹਿਰੀਲੀ ਗੈਸ ਵੀ ਛੱਡੀ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਸਾਡੇ ਨਾਲ ਵਹਿਦੇ ਹੋਏ ਸੀਗੇ ਘਰ ਘਰ ਨੌਕਰੀ ਹੋਊਗੀ ਬੇਰੁਜ਼ਗਾਰੀ ਇਸ ਦੇਸ਼ ਦੇ ਵਿੱਚ ਇੰਨੀ ਵਧੀ ਹੈ ਕਿ ਅਸੀਂ ਮਰਨ ਤੋਂ ਨਹੀਂ ਡਰਦੇ ਸਾਨੂੰ ਬੇਸ਼ੱਕ ਅੱਜ ਮਾਰ ਦਿਓ ਪਰ ਇਹ ਜਿਹੜੀ ਬੇਰੁਜ਼ਗਾਰੀ ਹੈ ਸਾਡੇ ਵਿੱਚ ਬਰਦਾਸ਼ਤ ਨਹੀਂ ਹੁੰਦੀ ਹੈਗੀ ਫਿਰ ਜਿਹੜੀ ਇਨਫਲੇਸ਼ਨ ਹੈ ਉਹ ਵੱਧਦੀ ਜਾ ਰਹੀ ਹੈਗੀ ਹੈ ਫਿਰ ਅਜੇ ਤੱਕ ਮੂੰਹ ਲੱਦਾਖ ਕੰਨੀ ਅਤੇ ਕਸ਼ਮੀਰ ਕੰਨੀ ਜਿਹੜੀਆਂ ਚੀਨ ਨੇ ਇਲਾਕੇ ਇੱਥੋਂ ਦੇ ਦੱਬੇ ਹੋਏ ਹੈ ਉੱਧਰਲੇ ਪਾਸੇ ਮੂੰਹ ਨਹੀਂ ਕਰਦੇ ਹੈਗੇ ਸਗੋਂ ਆਰਮੀ ਚੀਫ ਬਾਹਰ ਦੇ ਮੁਲਕ ਦੇ ਲਈ ਚਲੇ ਗਏ ਹੈ ਜਿਹੜਾ ਕਿ ਬਿਲਕੁਲ ਗਲਤ ਗੱਲ ਹੈ ਅਤੇ ਨੇਵੀ ਦੇ ਚੀਫ ਨੇ ਕਿਹਾ ਕਿ ਹੁਣ ਤੋਂ ਬਾਅਦ ਜਿਹੜੇ ਅਫਸਰ ਹੈ ਉਹ ਮੈਸ ਦੇ ਵਿੱਚ ਕੁੜਤਾ ਪਜਾਮਾ ਅਤੇ ਚੱਪਲਾਂ ਪਾ ਕੇ ਆਉਣਗੇ ਇਹ ਜਿਹੜਾ ਡਿਸਿਪਲਿਨ ਹੈ ਫੌਜ ਦਾ ਇਸ ਨੂੰ ਬਿਲਕੁਲ ਤੋੜ ਦਿੱਤਾ ਹੁਣ ਫੈਸਲਾ ਕਰਨਾ ਫੌਜ ਅਤੇ ਏਅਰਫੋਰਸ ਨੇ ਕਿ ਕੁੜਤਾ ਪਜਾਮਾ ਪਾ ਕੇ ਆਉਣਾ ਕਿ ਕੱਛਾ ਬਨੈਣ ਪਾ ਕੇ ਆਉਣਾ ਫੌਜ ਫੈਸਲਾ ਹੀ ਕਰੂਗੀ ਨਾ ਹੁਣ ਨੇਵੀ ਵਰਗਾ ਫੈਸਲਾ ਤਾਂ ਕਰ ਨਹੀਂ ਸਕਦੇ ਕਿਉਂ ਕਰਕੇ ਵੱਖਰੀਆਂ ਤਾਕਤਾਂ ਹੈਗੀਆਂ ਉਹ ਤਾਂ ਇਹ ਕਹਿਣਗੇ ਕੱਛਾ ਬਨੈਣ ਪਾ ਕੇ ਆ ਜਾਇਆ ਕਰੋ ਫਿਰ ਮੇਰਾ ਮਤਲਬ ਫੌਜ ਦਾ ਮਿਆਦ ਕੀ ਰਿਹਾ 4 ਸਾਲ ਦੀ ਨੌਕਰੀ ਫੌਜ ਦੀ ਕਿਵੇਂ ਇੱਕ ਸਿਪਾਹੀ ਵਧੀਆ ਸਾਰੇ ਪੇ 'ਚ ਸਿੱਖ ਸਕਦਾ ਦਾ ਸਿੱਖ ਸਕਦਾ ਨਵੀਂ ਟੈਕਨੋਲੋਜੀ ਨੂੰ ਸਿੱਖ ਸਕਦਾ ਉਹ ਤਾਂ ਸਿਰਫ ਤੋਪਾਂ ਦੇ ਅੱਗੇ ਜਿਵੇਂ ਪੱਠੇ ਸਿੱਟੀ ਦੇ ਹੈ ਉਹ ਤਾਂ ਉਹੋ ਜਿਹਾ ਹੋ ਜੂਗਾ ਮੇਰਾ ਮਤਲਬ 4 ਸਾਲ ਦੇ ਜਦੋਂ ਹਿਟਲਰ ਦੇ ਕੋਲ ਫੌਜ ਹੈ ਨਹੀਂ ਸੀ ਅਖੀਰ ਦੇ ਵਿੱਚ ਉਹਨੇ 14-14 ਸਾਲਾਂ ਦੇ ਮੁੰਡੇ ਭਰਤੀ ਕਰਨੇ ਸ਼ੁਰੂ ਕਰਤੇ ਸੀਗੇ ਹੁਣ ਇੱਥੇ ਤਾਂ ਇੰਨੀ ਬੇਰੁਜ਼ਗਾਰੀ ਹੈ ਅਤੇ 4 ਸਾਲ ਦਾ ਸੋਲਜਰ ਤਾਂ ਬਿਲਕੁਲ ਅਨਫਿੱਟ ਹੈ ਇਹ ਤਾਂ ਮੁਕਾਬਲਾ ਦੁਸ਼ਮਣ ਦਾ ਕਰ ਹੀ ਨਹੀਂ ਸਕਦਾ ਇਹਦੇ ਕੋਲ ਦਾ ਪੇਚ ਹੈ ਨਹੀਂ ਇਸ ਦੇ ਕੋਲ ਤਾਕਤ ਹੈ ਨਹੀਂ ਗਈ ਇਹਦੇ ਕੋਲ ਸਾਰੀ ਟੈਕਨੋਲੋਜੀਕਲ ਨੌਲੇਜ ਹੈ ਨਹੀਂ ਗਾ ਕਿ ਕਿਵੇਂ ਮਾਡਰਨ ਵਾਰ ਫਾਈਟ ਕਰਨਾ ਇਹ ਕਿਵੇਂ ਕਰ ਸਕਦਾ ਹੈਗਾ ਇਹ ਸਾਰਾ ਜਿਹੜਾ ਹਿੰਦੁੱਤਵਾ ਉੱਤੇ ਆ ਗਿਆ ਇਹ ਨਵੀਂ ਪੋਲਿਸੀ ਹੈ ਇਹਨਾਂ ਦੀ ਕਿਉਂ ਕਰਕੇ ਸਾਰੇ ਇਤਿਹਾਸ ਦੇ ਵਿੱਚ ਇਹਨਾਂ ਨੇ ਰਾਜ ਨਹੀਂ ਕੀਤਾ ਸਿਵਾਏ ਅਯੋਧਿਆ ਦੇ ਵਿੱਚ ਉਹ ਵੀ ਮੈਥੋਲੋਜੀ ਹੈ ਕਿ ਉੱਥੇ ਇੱਕ ਰਾਜ ਹੁੰਦਾ ਸੀਗਾ ਅਤੇ ਦਸ਼ਰਥ ਜੀ ਉਹਦੇ ਬਾਦਸ਼ਾਹ ਸੀਗੇ ਰਾਜੇ ਸੀਗੇ ਇਹ ਇਹਨਾਂ ਦੀ ਹਿਸਟਰੀ ਹੈ ਫੌਜ ਦੇ ਬਾਰੇ ਹੁਣ ਜਿਨ੍ਹਾਂ ਨੂੰ ਫੌਜ ਦਾ ਰਾਜ ਕਰਨ
ਉੱਤੋਂ ਰੱਬ ਨੇ ਸਾਰਾ ਅਸਮਾਨ ਪਾੜ ਕੇ ਇਹਨਾਂ ਨੂੰ ਦੇਤਾ 1947 ਦੇ ਵਿੱਚ। ਇਹਨਾਂ ਨੂੰ ਕਿਵੇਂ ਪਤਾ ਕਿਵੇਂ ਰਾਜ ਕਰੀਦਾ, ਜਦੋਂ ਹਿਸਟਰੀ ਦੇ ਵਿੱਚ ਇਹਨਾਂ ਦੇ ਕੋਲ ਕੋਈ ਰਾਜ ਨਹੀਂ ਆਇਆ ਹੈਗਾ।